शिमारू के नए वीडियोस के लिए सब्सक्राइब कीजिए और बेल आइकन को दबाना न भूलें। सहबा चढ़ गई कोठे ते। सहबा चढ़ गई कोठे ते। अग्गे की होया? बे अग्गे की धुप लगी ते उतर गई। बाबे मेरी अरी बापू तेरे आया ना। सत श्री अकाल जी। अज तेरे बापू लई ना मैं इहदे मनपसंद बनाई आ सब्जी, मूंगी दी दाल खट्टी। लै तेरे दे बापू रोटी गर्म गर्म। लै भाई ओए इहनू कह दे ना मैं इहनू बुलावां ना मैं इहदे हत्थ दी चीज बनाई हुई खावां। इहनू कह ओदे तां मैं झूठ बोली थी पर अज सच बोल दिया मैं। ਇਹਦਾ ਕੀ ਭਰੋਸਾ, ਇਹ ਤਾਂ ਹੁਣ ਵੀ ਝੂਠ ਬੋਲਦੀ ਹੋਣੀ ਆ। ਇਹਨੂੰ ਕਹਿ ਸੱਚ ਬੋਲਦੀ ਆ। ਓਏ ਝੂਠ ਬੋਲਦੀ ਏ। ਉਹਨੂੰ ਕਹਿ ਤੈਨੂੰ ਭੁੱਖ ਲੱਗੀ ਹੋ ਖਾ ਲੈ ਕੋਈ ਨਾ। ਓ ਮੈਂ ਨਹੀਂ ਖਾਣੀ। ਖਾ ਲੈ ਖਾ। ਵਧੀਆ ਹੈ ਆ। ਇਹਨੂੰ ਕਹਿ ਸੱਚ ਬੋਲਦੀ ਆ। ਓਏ ਝੂਠ ਬੋਲਦੀ ਆ। ਇਹਨੂੰ ਤੂੰ ਕਹਿ ਦੇ ਵੀ ਮੈਂ ਸੱਚ ਬੋਲਦੀ ਆ। ਓਏ ਝੂਠ ਬੋਲਦੀ ਆ। ਕਹਿ ਮੈਂ ਸੱਚ ਬੋਲਦੀ ਆ। ਝੂਠ ਬੋਲਦੀ ਆ। ਆ ਫੜਾ ਰੋਟੀ ਮੇਰੇ ਕੋਲ। ਇਹਨੂੰ ਕਹਿ ਮੈਂ ਸੱਚ ਬੋਲਦੀ ਆ। ਓਏ ਝੂਠ ਬੋਲਦੀ ਆ। ਸੱਚ ਬੋਲਦੀ ਆ। ਝੂਠ ਬੋਲਦੀ ਆ। ਸੱਚ ਬੋਲਦੀ ਆ। ਝੂਠ ਬੋਲਦੀ ਆ। ਵੇ ਸੱਚ ਬੋਲਦੀ ਆ। ਝੂਠ ਬੋਲਦੀ ਆ। ਆਪਦੇ ਬਾਪੂ ਨੂੰ ਕਹਿ ਮੈਂ ਸੱਚ ਬੋਲਦੀ ਆ। ਇਹ ਝੂਠ ਬੋਲਦੀ ਆ। ਉਦੇ ਮੈਨੂੰ ਜਿੱਦਾਂ ਮੈਂ ਘਰੋਂ ਗਿਆ ਇਹਨੇ ਗੰਦੀਆਂ ਮੰਦੀਆਂ ਗਾਲਾਂ ਕੱਢੀਆਂ। ਨਾਲੇ ਐਂ ਕਰ ਪੁੱਤ ਦੇਖ ਕੰਮ ਸਿੱਖਣ ਤੈਨੂੰ ਮੈਂ ਲਾਇਆ। ਓਏ ਮੈਂ ਤੇਰੀ ਕਾਸ਼ਟ ਕਰਾ ਦੂੰਗਾ, ਤੂੰ ਵੀ ਰੁੱਸ ਜਾ ਬੇਬੇ ਨਾਲ। ਸੱਚੀ ਕਰਾ ਦੇਗਾ ਕਾਸ਼ਟ ਬਾਪੂ? ਬੇਬੇ ਤੂੰ ਬਾਪੂ ਨੂੰ ਗਾਲਾਂ ਕੱਢੀਆਂ, ਤੈਨੂੰ ਬਾਪੂ ਦੀ ਇੱਜ਼ਤ ਦਾ ਭੋਰਾ ਵੀ ਖਿਆਲ ਨਹੀਂ। ਮੈਂ ਤਾਂ ਆਪ ਨਹੀਂ ਤੇਰੇ ਨਾਲ ਬੋਲਦਾ, ਅਸੀਂ ਤਾਂ ਚੱਲੇ ਹਾਂ। ਚੱਲ ਬਾਪੂ। ਤੁਸੀਂ ਕਿੱਥੇ ਜਾਂਦੇ ਹੋ ਹੁਣ? ਤੋਏ ਰੁੱਸ ਕੇ ਲੈ ਦੱਸ ਮੈਂ ਕੱਲੀ ਕੀ ਕਰੂੰ ਰਿਹਾ। ਆ ਜਾ ਪੁੱਤ ਆ ਜਾ। ਕੀਚੂ ਮੈਂ ਕੀਚੂ ਕੀਚੂ ਹਾਏ ਹਾਏ ਲੈ ਪੈਂਦੀ ਆ। ਚੱਲ ਜੋਗਾ ਤਾਂ ਮੈਂ ਫੇਰ ਹੀ ਕਰੂੰਗੀ। ਲੈ ਪੈ ਜਾ ਦੋ ਮਿੰਟ ਭਾਈ। ਹਾਏ ਹਾਏ ਨਮਸਕਾਰ, ਸਤਿ ਸ੍ਰੀ ਅਕਾਲ ਭਾਈ। ਦੂਰਦਰਸ਼ਨ ਜਨਤਕ ਕਲੰਦਰ ਤੋਂ ਬੋਲਦੇ ਹਾਂ ਅਸੀਂ। ਰਾਤ ਮੱਛਰ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ, ਮੱਛਰ ਦੇ ਚਾਰੇ ਚੱਕੇ ਗਾਇਬ ਹੋ ਗਏ, ਟਰੱਕ ਦਾ ਫੰਗ ਟੁੱਟ ਗਿਆ ਇੱਕ, ਅਤੇ ਮੱਛਰ ਦੇ ਭਾਈ ਨਿਆਣੇ ਵੀ ਨਾਲ ਸੀ, ਸੁੱਖ ਨਾਲ ਉਹ ਟੂਲ 'ਚ ਬੈਠੇ ਸੀ। ਨਾਲੇ ਲੁਧਿਆਣੇ ਰਾਕਸੇ ਦੇ ਉੱਤੇ ਹਾਥੀ ਬੈਠਾ ਸੀ, ਦੋ ਜਵਾਕ ਹਾਥੀ ਥੱਲੇ ਗਿਰ ਗਏ ਕੀੜੀ ਦੇ ਉੱਤੇ, ਕੀੜੀ ਫੱਟੜ ਅਤੇ ਜਵਾਕ ਖੈਰ ਬਚ ਗਏ। ਅਤੇ ਗਾਹਾਂ ਕੀ ਤੇ ਫੂਕਣਾ। ਹਾਏ ਹਾਏ ਲੈ ਮੈਂ ਜੋਗਾ ਕਰਾਂ ਹੁਣ ਭਾਈ। ਕੋਈ ਅੱਜ ਕੋਈ ਲੱਭਿਆ ਨਹੀਂ ਕੀ ਸ਼ਿਕਾਰ? ਚਲੋ ਭਾਲਦੇ ਹਾਂ, ਭਰਦੇ ਕਿਸੇ ਨੂੰ ਪੰਪ, ਮਾਈਕੋ ਦਾ ਪੰਪ ਭਰਦੇ ਹਾਂ। ਚਲੋ ਚੱਲ ਕੇ ਭਰੀਏ ਪੰਪ, ਲੜਾਈਏ ਨਹੀਂ ਯਾਰ। ਕਿਵੇਂ ਫੁੱਪੜਾ, ਉਦਾਸ ਜੇ ਬੈਠੇ, ਕੀ ਗੱਲ ਹੋ ਗਈ? ਓਏ ਭਾਈ ਤੇਰੀ ਭੂਆ ਸਾਡੇ ਨਾਲ ਲੜ ਪਈ। ਇਹੋ ਜੀ ਕੀ ਗੱਲ ਹੋ ਗਈ ਫੁੱਪੜਾ? ਓਏ ਮੈਨੂੰ ਕਹਿੰਦੀ ਤੇਰੀਆਂ ਚਿੱਬੜ ਵਰਗੀਆਂ ਅੱਖਾਂ, ਤੇਰਾ ਭਿੱਡੀ ਵਰਗਾ ਨੱਕ, ਉਹ ਕਹਿੰਦੀ ਤੇਰਾ ਪੇਠੇ ਜਿੱਡਾ ਮੱਥਾ, ਕਹਿੰਦੀ ਤੇਰਾ ਸਕਾਰੀ ਦੀ ਕੁੱਤੀ ਵਰਗਾ ਲੱਕ। ਉਹਨੇ ਕਿਹੜਾ ਝੂਠ ਕਿਹਾ ਸੀ? ਕੀ ਕਹਿਣਾ ਵਾ? ਮੈਂ ਕਿਹਾ ਫੁੱਫੜਾ ਉਹਨੇ ਝੂਠ ਬੋਲਿਆ, ਤੂੰ ਤਾਂ ਇੰਨਾ ਸੋਹਣਾ ਜਿਵੇਂ ਮਿੱਠਣ ਚੱਕਰ ਵੱਤੀ ਵਰਗਾ। ਫੁੱਫੜਾ ਅਸੀਂ ਘਰ ਕੋਲ ਦੀ ਲੰਘੇ ਸੀ, ਭੂਆ ਕਰੀ ਜਾਂਦੀ ਸੀ ਨਾ ਸਰਜੂ ਮੇਰਾ ਉਹਨਾਂ ਬਿਨਾਂ। ਨਾਲੇ ਉਹ ਕਹਿੰਦੀ ਸੀ ਨਾ ਵੀ ਜੇ ਤੇਰਾ ਫੁੱਫੜ ਦਾ ਸਰਜੂ ਤਾਂ ਮੇਰਾ ਵੀ ਸਰਜੂ, ਉਹਦੇ ਵਰਗੇ ਬਥੇਰੇ ਨੇ। ਕਹਿੰਦੀ ਮੈਂ ਤਾਂ ਬਾਹਲੀ ਸੋਹਣੀ ਆ, ਉਹ ਕਹਿੰਦੀ ਮੈਂ ਤਾਂ ਹੋਰ ਕਰ ਲੂ। ਚੱਲ ਗਏ ਬਾਈ, ਆਓ ਹੁਣ ਆਪਾਂ ਚੱਲ ਗਏ।
ਬਾਪੂਆ ਕੀ ਹੋ ਗਿਆ? ਬੇਬੇ ਜੋਗਾ ਕਰਦੀ ਕਰਦੀ ਸੱਚੀ ਨਾ ਜੋਗਾ ਕਰ ਲੇ, ਮੈਨੂੰ ਫਿਰ ਜਵਾਕ ਛੇੜਿਆ ਕਰਨਗੇ ਤੇਰੇ ਦੋ ਭਾਪੇ ਦੋ ਭਾਪੇ। ਪੁੱਤ ਤੂੰ ਘਬਰਾਉਣਾ ਕਿਉਂ ਆ? ਮੈਂ ਉਹਦੇ ਨੱਕ ਨਾਲ ਲਿਖੀ ਰਾਹ ਕਢਾ ਦੂ। ਮੇਰਾ ਨਾਂ ਵੀ ਕੈਲਾ ਬੜਾ ਕੈਲਾ। ਓਏ ਉਹ ਬੈਠੀ ਆ ਭੂਆ, ਉਧਰ ਕੀ ਜੁਰੂ ਦਾ ਭਰ ਜਾਂਦਾ ਪੰਪ? ਹੁਣ ਭੂਆ ਨੂੰ ਵੀ ਭਰ ਗਏ ਪੰਪ ਮਾਈਕੋ ਦਾ। ਆ ਚੱਲ ਗਏ ਆ ਚੱਲ ਗਏ। ਭੂਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਭੂਆ ਕਿਵੇਂ ਬੈਠੀ ਆ? ਦਾਰੂ ਪੀਤੀ ਸੀ? ਕੱਲ ਪੁਆਲਾ ਦਾਰੂ ਕਾਹਨੂੰ ਪੀਤੀ ਤੀ ਮੈਂ? ਕੱਲ ਮੈਂ ਉਹੀ ਪੁੱਤ ਵੱਧ ਘੱਟ ਬੋਲ ਗਈ ਤੀ ਮੈਂ ਤਾਂ। ਲੋ ਮੇਰਾ ਬਾਪੂ ਤਾਂ ਪੈਗ ਲਾ ਕੇ ਘੱਟ ਵੱਧ ਬੋਲਦਾ। ਕੀ ਚੂਨਾ ਲੜ ਪਏ ਬਾਪੂ ਨਾ? ਤਾਂਜੇ ਫਿਰ ਉਹ ਸੱਥ 'ਚ ਬੈਠੇ ਕਰੀ ਜਾਂਦੇ ਸੀ, ਅਸੀਂ ਘਰੇ ਨਹੀਂ ਜਾਣਾ ਅੱਜ। ਉਹ ਕਹਿੰਦੇ ਸੀ ਇਦੂ ਤਾਂ ਮਰ ਜਾਂਗੇ। ਚੱਲ ਗਏ ਫਿਰ ਆਪਾਂ, ਆਪਣਾ ਤਾਂ ਕੰਮ ਹੋ ਗਿਆ। ਹਾਏ ਮੈਂ ਰੱਬਾ, ਹੁਣ ਮੈਂ ਕੀ ਕਰਾਂ? ਐਂ ਕਰਦੀ ਹਾਂ ਮੈਂ, ਰਾਮੂ ਤੋਂ ਲੈਂਦੀ ਹਾਂ ਸਕੀਮ। ਓਏ ਅੱਖਾਂ 'ਚ ਨਜਾਇਜ਼ ਵਿਕਦਾ, ਡਾਕਾ ਮਾਰ ਲਓ ਪੁਲਿਸ ਵਾਲੀ ਜਾ ਕੇ। ਓਏ ਅੱਖਾਂ 'ਚ ਨਜਾਇਜ਼ ਵਿਕਦਾ, ਡਾਕਾ ਮਾਰ ਲੋ ਪੁਲਿਸ ਵਾਲੀ ਜਾ ਕੇ। ਡਾਕੇ ਡੂਕੇ ਫੇਰ ਮਾਰੀ, ਮੇਰੀ ਗੱਲ ਸੁਣ। ਹਾਂਜੀ ਸਰਦਾਰਨੀ ਜੀ। ਆਏ ਹਾਏ ਮੈਂ ਬਹੁਤ ਦੁਖੀ ਹਾਂ ਰਾਮੂ। ਆ ਉਹ ਸਰਦਾਰਨੀ ਜੀ, ਮੈਂ ਰਾਮੂ ਤੁਹਾਡਾ ਸੀਰੀ ਨਾ ਮੱਖੀ ਲੜਨ ਦੇਵਾਂ ਨਾ ਕੀਰੀ। ਆ ਮੱਖੀਆਂ ਕੀੜੀਆਂ ਬੰਦ ਕਰ ਆਉਂਦੀਆਂ, ਤੂੰ ਨਾ ਮੇਰਾ ਮਨੋਰੰਜਨ ਕਰ। ਐਂ ਕਰ ਤੂੰ ਸੁਣਾ ਰਿਕਾਰਡ, ਘੈਂਟ ਜਿਹਾ ਹੋਵੇ। ਹਾਂ ਉਹ ਸਰਦਾਰਨੀ ਜੀ, ਰਾਤ ਮੈਂ ਸੁੱਤੀ ਪਈ ਨੇ, ਬੜਾ ਵਧੀਆ ਗਾਣਾ ਲਿਖੀ ਹੈਗੀ। ਖਾ ਕੇ ਲਿਖਦਾ ਗਾਣੇ ਤੂੰ? ਹਾਂਜੀ ਸੌਣ ਦੇ ਮਹੀਨੇ ਵਾਲੀ। ਆਉਂਦਾ ਮਹੀਨਾ? ਹਾਂਜੀ ਇਹ ਲਾ ਭਾਈ। ਹਾਂ ਵਧੀਆ। ਕਹਿੰਦਾ ਸੌਣ ਦੀ ਮਹੀਨੀ ਹੋਵੇ, ਮਾਥੇ ਤੇ ਪਸੀਨੀ ਹੋਵੇ, ਚੌਨਾ ਅਸੀਂ ਲਾਉਂਦੀ ਹੋਈਏ, ਗੁੱਟੀ ਚ ਰਕਾਉਂਦੀ ਹੋਈਏ, ਉਹ ਪੀ ਕੇ ਕੋਲਾ ਕੋਲਾ ਚਾਹ ਦਾ ਨਸਾ ਖਿਲਦੀ, ਪੀ ਕੇ ਕੋਲਾ ਕੋਲਾ ਚਾਹ ਦਾ ਨਸਾ ਖਿਲਦੀ, ਇਹੋ ਜਿਹਾ ਨਜ਼ਾਰਾ ਸਰਦਾਰਨੀ ਜੀ ਸਾਨੂੰ ਸੌਣ ਦੇ ਮਹੀਨੇ ਵਿੱਚ ਮਿਲਦੀ, ਇਹੋ ਜਿਹਾ ਨਜ਼ਾਰਾ ਸਰਦਾਰਨੀ ਜੀ ਸਾਨੂੰ ਸੌਣ ਦੇ ਮਹੀਨੇ ਵਿੱਚ ਮਿਲਦੀ। ਆਪਣਾ ਕੀਚੀ? ਕੀਚੀ ਨੀ ਕੀਚੂ। ਉਹ ਸਾਡਾ ਸਰਦਾਰਨੀ ਜੀ ਕੀਚੀ ਹੁੰਦਾ ਤੇ ਉਹਦਾ ਬਾਪੂ ਮੇਰੇ ਨਾਲ ਲੜ ਕੇ ਵਗ ਗਏ। ਤੂੰ ਕੋਈ ਸਕੀਮ ਲੜਾ ਲੈ ਵੀ ਰਾਮੂ, ਅੱਜ ਚੜੀਆ ਸਰਦਾਰਨੀ ਤੇਰੇ ਤੱਕੇ, ਅੱਜ ਬਦਾ ਲੈ ਤਨਖਾਹ। ਉਹ ਸਰਦਾਰਨੀ ਤੈਨੂੰ ਪਤਾ ਮੇਰਾ ਬੜਾ ਵੱਡਾ ਦਿਮਾਗ ਹੈਗੀ, ਮੇਰੇ ਕੋਲ ਬੜਾ ਵਧੀਆ ਸਕੀਮ ਹੈਗੀ। ਅੱਛਾ ਪਰ ਤੈਨੂੰ ਮੇਰਾ ਇੱਕ ਸ਼ਰਤ ਜ਼ਰੂਰ ਮੰਨਣਾ ਪਵੇਗੀ। ਸ਼ਰਤ ਇੱਕ ਛੱਡ ਦੋ ਕਹਿ। ਤੈਨੂੰ ਪਤਾ ਮੇਰੀ ਤਨਖਾਹ ਹੈਗੀ ਪੂਰੇ 1500 ਰੁਪਇਆ, ਇਹ ਤੈਨੂੰ ਵਧਾ ਕੇ ਕਰਨੀ ਪਊ ਪੂਰਾ 2500 ਰੁਪਇਆ। 2500 ਰੁਪਇਆ ਲੈਣਾ ਤਾਂ? ਹਾਂਜੀ ਖੜ ਜਾ। ਮੈਂ ਚੌਰਿਆ, ਮੈਂ ਤਾਂ ਪਹਿਲਾਂ ਹੀ ਦੁਖੀ ਆ, ਮੈਂ ਤੈਨੂੰ ਦਿੰਦੀ ਆ 2600 ਰੁਪਇਆ। ਚੌਲ ਖਾਣੀ ਜਾਤ। ਚੱਲ ਸੁਣ ਲੈ ਸਰਦਾਰਨੀ ਜੀ, ਮੈਂ ਸਾਰਾ ਕੁਝ ਜਰ ਸਕਦੀ ਪਰ ਜਿਹੜਾ ਤੂੰ ਮੈਨੂੰ ਚੌਲ ਖਾਣੀ ਜਾਤ ਕਹਿੰਦੀ ਮੈਂ ਇਹ ਨਹੀਂ ਜਰ ਸਕਦੀ। ਤੂੰ ਮੇਰਾ ਗਰਦਨ ਵੱਢਦੇ ਪਰ ਮੈਨੂੰ ਚੌਲ ਖਾਣੀ ਜਾਤ ਨਾ ਕਹਿ, ਮੈਨੂੰ ਤੈਨੂੰ ਮੈਂ ਦੱਸ ਦਿੱਤੀ। ਤੂੰ ਚੱਲ ਪਰੇ, ਤੂੰ ਮੈਨੂੰ ਏਦਾਂ ਪੁੱਠਾ ਬੋਲਦੀ, ਅੱਜ ਤੋਂ ਬਾਅਦ ਮੈਂ ਨਹੀਂ ਤੇਰੇ ਨਾਲ ਬੋਲਦੀ ਹੈਗੀ। ਰਾਮੂ ਵੀ ਵਾ ਗਿਆ ਲੜਕੇ, ਮੈਂ ਰਹਿ ਗਈ ਇਕੱਲੀ। ਚੱਲ ਮਨਾ ਕੋਈ ਬਣਾ ਕੋਈ ਸਕੀਮ ਨਵੀਂ। ਹਾਏ ਓਏ ਓਏ, ਉਹ ਆ ਗਿਆ ਭੂਜੀ ਦਾ ਪਾਪਾ। ਓਏ ਉਹਨੂੰ ਬਣਾਉਂਦੇ ਆਪਾਂ ਉੱਲੂ ਦਸਾਂ ਦਾ ਨੋਟ ਰੱਖ ਕੇ। ਹਾਂ ਆ ਚੱਲ ਗਏ ਨਹੀਂ ਆ ਰਹੀ ਆ ਜਾ ਰੱਖ ਲਈਏ ਗਾਂਧੀ ਵਾਲਾ ਸਿੱਧਾ ਹੀ ਕਰਕੇ ਰੱਖ ਗਾਂਧੀ ਵਾਲਾ ਪਾਸ। ਅੱਛਾ ਅੱਗੇ ਵਾਗੀ ਅੱਗੇ
चलो कल को गली एक बार हो ट्राई मार के देख लेने हैं। जान दें ना मैं आ जा